ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੈਪੀ ਰਾਏ ਗੁੱਟੀ ਅਸੀਂ ਅੱਜ ਪਹੁੰਚੇ ਹਾਂ ਜੀ ਪਟਿਆਲੇ ਪਟਿਆਲੇ ਖਾਸ ਆਸ਼ਰਮ ਦੇ ਵਿੱਚ ਅਸੀਂ ਆਏ ਹਾਂ ਜਿਹੜੇ ਬੱਚਿਆਂ ਦਾ ਮੈਨੂੰ ਲੱਗਦਾ ਜਿਨ੍ਹਾਂ ਦੇ ਪੇਰੈਂਟਸ ਹੈ ਨਹੀਂ ਕਿ ਉਹਨਾਂ ਬੱਚਿਆਂ ਨੂੰ ਅਸੀਂ ਮਿਲਣ ਆਏ ਹਾਂ ਅੱਜ ਦਾ ਦਿਨ ਸਾਡਾ ਸਾਰਾ ਉਹਨਾਂ ਦੇ ਨਾਮ ਆ ਕਿਉਂਕਿ ਮੈਨੂੰ ਲੱਗਦਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਹਾਂ ਮੈਂ ਵੀ ਬਿਜ਼ੀ ਹਾਂ ਤੁਸੀਂ ਸਾਰੇ ਬਿਜ਼ੀ ਹੋ ਮੈਨੂੰ ਲੱਗਦਾ ਥੋੜ੍ਹਾ ਥੋੜ੍ਹਾ ਟਾਈਮ ਆਪਾਂ ਨੂੰ ਉਹਨਾਂ ਲੋਕਾਂ ਲਈ ਕੱਢਣਾ ਚਾਹੀਦਾ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਮੈਨੂੰ ਲੱਗਦਾ ਜੇ ਅਸੀਂ ਕਿਸੇ ਨੂੰ ਇੱਕ ਖੁਸ਼ੀ ਦਿੰਦੇ ਹਾਂ ਵਾਹਿਗੁਰੂ ਸਾਨੂੰ ਕਈ ਜ਼ਿਆਦਾ ਖੁਸ਼ੀਆਂ ਦਿੰਦਾ ਮੈਨੂੰ ਅੱਜ ਕਿਸੇ ਨੇ ਪੁੱਛਿਆ ਕਹਿੰਦੇ ਅੱਜ ਤੁਹਾਡਾ ਜਨਮਦਿਨ ਆ ਮੈਂ ਕਿਹਾ ਤੁਸੀਂ ਇਹੀ ਲਾ ਲਓ ਵੀ ਅੱਜ ਜਨਮਦਿਨ ਆ ਜਿੱਦਣ ਮੈਨੂੰ ਲੱਗਦਾ ਮਾਲਕ ਤੁਹਾਨੂੰ ਇੱਦਾਂ ਦੀ ਸੋਝੀ ਬਖਸ਼ਦਾ ਉਦੋਂ ਤੁਹਾਡਾ ਦੁਬਾਰ ਤੋਂ ਜਨਮ ਹੁੰਦਾ ਦੁਬਾਰਾ ਜਨਮ ਹੁੰਦਾ ਸੋ ਅੱਜ ਬਹੁਤ ਜ਼ਿਆਦਾ ਚੰਗਾ ਲੱਗਿਆ ਉਹਨਾਂ ਬੱਚਿਆਂ ਨਾਲ ਘੁੰਮ ਕੇ ਅੱਜ ਅਸੀਂ ਓਮੈਕਸ ਮਾਲ ਜਿਹੜਾ ਪਟਿਆਲੇ ਦੇ ਵਿੱਚ ਉੱਥੇ ਜਾ ਕੇ ਆਏ ਓਮੈਕਸ ਪਟਿਆਲੇ ਅੱਜ ਸਾਰੇ ਬੱਚਿਆਂ ਨਾਲ ਅਸੀਂ ਮੌਲ ਦੇ ਵਿੱਚ ਆਏ ਹਾਂ ਸਾਡੇ ਸਾਰੇ ਆਸ਼ਰਮ ਵਾਲੇ ਬੱਚੇ ਨੇ ਅਤੇ ਬਹੁਤ ਜ਼ਿਆਦਾ ਸਿਆਣੇ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਮਾਲਕ ਇਹਨਾਂ ਨੂੰ ਬਹੁਤ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਅਤੇ ਅੱਜ ਦਾ ਜਿਹੜਾ ਸਾਡਾ ਦਿਨ ਆ ਸਾਰਾ ਬੱਚੇ ਨੂੰ ਆਪਣੀ ਲਾਈਫ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਖਰਚੇ ਕਰਦੇ ਹਾਂ ਇੰਨੇ ਅਸੀਂ ਕੱਪੜਿਆਂ 'ਤੇ ਇੰਨੇ ਖਰਚੇ ਕਰ ਦਿੰਦੇ ਹਾਂ ਖਾਣ ਪੀਣ 'ਤੇ ਕਈ ਵਾਰੀ ਚੀਜ਼ਾਂ ਅਸੀਂ ਵੇਸਟ ਬਹੁਤ ਕਰਦੇ ਹਾਂ ਵੇਸਟ ਕਰਦੇ ਹਾਂ ਉਹ ਚੀਜ਼ਾਂ ਨੂੰ ਹੈ ਨਾ ਸੋ ਅੱਜ ਮੈਨੂੰ ਲੱਗਦਾ ਵੀ ਮੇਰੀ ਕਮਾਈ 'ਚੋਂ ਜਾਂ ਹੈਪੀ ਬਾਈ ਦਾ ਜ਼ਿਆਦਾ ਸਾਡੇ ਤੋਂ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਯੋਗਦਾਨ ਹੈਪੀ ਜੋਸ਼ੀ ਬਾਈ ਦਾ ਜਿੰਨਾ ਕਰਕੇ ਇਹ ਹੋਇਆ ਅਤੇ ਉਹਨਾਂ ਦੀ ਕਮਾਈ 'ਚ ਮਾਲਕ ਹੋਰ ਬਰਕਤ ਪਾਵੇ ਸੋ ਮੈਨੂੰ ਲੱਗਦਾ ਅੱਜ ਮੇਰੀ ਜ਼ਿੰਦਗੀ ਸਫਲ ਹੋ ਗਈ ਜੇ ਮੈਂ ਅੱਜ ਤੋਂ ਸ਼ੁਰੂ ਕੀਤਾ ਤਾਂ ਮੈਂ ਇੱਦਾਂ ਇੱਦਾਂ ਕਿੰਨੇ ਜਣਿਆਂ ਨੂੰ ਮਿਲਦਾ ਜਾਊਂਗਾ ਅਤੇ ਜਿੰਨਾ ਮੇਰੇ ਤੋਂ ਸਰੂਗਾ ਮੈਂ ਕਰੂੰਗਾ ਬਾਕੀ ਮੈਨੂੰ ਲੱਗਦਾ ਕਰਾਉਣ ਵਾਲਾ ਮਾਲਕ ਆ ਜੀ ਅਸੀਂ ਕਿੱਥੇ ਐਡੀ ਜੋਗੇ ਹੈਗੇ ਹਾਂ ਜਿੰਨਾ ਮੈਨੂੰ ਲੱਗਦਾ ਇੰਨੀ ਸੋਹਣੀ ਜ਼ਿੰਦਗੀ ਮਾਲਕ ਨੇ ਸਾਨੂੰ ਬਖਸ਼ੀ ਆ ਤਾਂ ਸਾਨੂੰ ਚਾਹੀਦਾ ਅਸੀਂ ਆਪਣੀ ਕਮਾਈ 'ਚੋਂ ਆਪਣੇ ਖਰਚੇ 'ਚੋਂ ਕੋਈ ਨਾ ਕੋਈ ਹਿੱਸਾ ਲੋੜਵੰਦ ਲੋਕਾਂ ਲਈ ਕੱਢੀਏ ਸੋ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਬੇਨਤੀ ਆ ਜੀ ਜਿੱਦਾਂ ਅਸੀਂ ਕੀਤਾ ਇਹ ਮੀਡੀਆ ਦੇ ਸਾਹਮਣੇ ਜਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਸ਼ੋ ਆਫ ਕਰਦੇ ਹਾਂ ਵੀ ਅਸੀਂ ਇੱਦਾਂ ਕੀਤਾ ਅਸੀਂ ਉੱਦਾਂ ਕੀਤਾ ਸਾਡਾ ਮਕਸਦ ਸਿਰਫ ਇਹੀ ਹੈ ਜੇ ਅਸੀਂ ਕਰ ਸਕਦੇ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਅਤੇ ਮੈਂ ਸਾਰੇ ਸਰੋਤਿਆਂ ਨੂੰ ਮੇਰੇ ਚਾਹੁਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਕਮਾਈ 'ਚੋਂ ਨਾ ਸਹੀ ਖਰਚੇ 'ਚੋਂ ਘੱਟੋ ਘੱਟ ਥੋੜ੍ਹਾ ਥੋੜ੍ਹਾ ਕੱਢਿਆ ਕਰੋ ਲੋੜਵੰਦ ਲੋਕਾਂ ਲਈ ਮੈਨੂੰ ਲੱਗਦਾ ਜੇ ਤੁਸੀਂ ਕਿਸੇ ਲਈ ਕਰੋਗੇ ਤਾਂ ਮਾਲਕ ਤੁਹਾਡੇ ਲਈ ਕਰੂਗਾ ਸੋ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ ਜੀ ਉਹਨਾਂ ਬੱਚਿਆਂ ਨੂੰ ਮਿਲ ਕੇ ਜਿਨ੍ਹਾਂ ਨਾਲ ਅਸੀਂ ਸਾਰਾ ਟਾਈਮ ਗੁਜ਼ਾਰਿਆ ਅੱਜ ਅਤੇ ਉਹਨਾਂ ਦੇ ਪ੍ਰਿੰਸੀਪਲ ਜਿਹੜੇ ਉਹਨਾਂ ਦੇ ਆਸ਼ਰਮ ਨੂੰ ਚਲਾ ਰਹੇ ਨੇ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਸਨਮਾਨ ਕੀਤਾ ਗਿਆ ਸਾਨੂੰ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਿਲਦਾ ਜੀ ਅਗਲੇ ਦਿਨ ਨਵੀਆਂ ਗੱਲਾਂ ਨਵੇਂ ਬੱਚਿਆਂ ਨਾਲ ਜਾਂ ਨਵੇਂ ਬਿਰਧ ਆਸ਼ਰਮ ਵੀ ਅਸੀਂ ਟਰਾਈ ਕਰਾਂਗੇ ਜਿੱਥੇ ਜਿੱਥੇ ਮੈਨੂੰ ਲੱਗਦਾ ਮੇਰੇ ਤੋਂ ਜਾ ਹੋਇਆ ਮੈਂ ਜਾਂਦਾ ਰਹੂੰਗਾ ਜੀ ਅਤੇ ਬੂਮ ਬੋਕਸ ਦਾ ਹੈਪੀ ਜੋਸ਼ੀ ਬਾਈ ਦਾ ਫਿਰ ਤੋਂ ਧੰਨਵਾਦ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਇਸ ਕਾਬਿਲ ਕੀਤਾ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਧੰਨਵਾਦ ਜੀ